ਵਾਧੇ ਪ੍ਰਦੂਸ਼ਣ ਦੇ ਵਿਚਾਲੇ ਗੂਗਲ ਮੈਪਸ ਦੇ ਵੱਲੋਂ ਇੱਕ ਸ਼ਾਨਦਾਰ ਫੀਚਰ ਲਾਂਚ ਕੀਤਾ ਗਿਆ ਜਿਸ ਦੇ ਨਾਲ ਤੁਸੀਂ ਘਰ ਬੈਠਿਆਂ ਹੀ AQI ਚੈੱਕ ਕਰ ਸਕਦੇ ਹੋ। ਦੱਸ ਦਈਏ ਕਿ ਬਦਲਦੇ ਮੌਸਮ ਦੇ ਨਾਲ ਸਰਦੀ ਨੇ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ। ਸਰਦੀ ਦੇ ਮੌਸਮ ਤੋਂ ਪਹਿਲਾਂ ਹੀ ਦਿੱਲੀ NCR ਧੂੰਏ ਦੀ ਚਾਦਰ ਨਾਲ ਢੱਕਿਆ ਹੋਇਆ। ਸਵੇਰ ਵੇਲੇ ਧੁੰਦ ਵੇਖਣ ਨੂੰ ਮਿਲਦੀ ਹੈ, ਹਾਲਾਂਕਿ ਇਹ ਧੁੰਦ ਪ੍ਰਦੂਸ਼ਣ ਦੇ ਨਾਲ ਭਰੀ ਹੋਈ ਹੈ ਜਿਸ ਕਰਕੇ ਹਵਾ ਦੀ ਗੁਣਵੱਤਾ ਵਿਗੜਦੀ ਜਾ ਰਹੀ ਹੈ। ਵਿਗੜਦੀ ਹਵਾ ਦੀ ਗੁਣਵੱਤਾ ਨੂੰ ਵੇਖਦੇ ਹੋਏ ਗੂਗਲ ਨੇ ਆਪਣੇ ਯੂਜ਼ਰਸ ਦੇ ਲਈ ਖਾਸ ਫੀਚਰ ਲਾਂਚ ਕੀਤਾ। ਇਸ ਫੀਚਰ ਦੀ ਮਦਦ ਦੇ ਨਾਲ ਤੁਸੀਂ ਘਰ ਬੈਠੇ ਹੀ ਆਪਣੇ ਫੋਨ 'ਤੇ ਕਿਤੇ ਵੀ ਰੀਅਲ ਟਾਈਮ ਏਅਰ ਕੁਆਲਿਟੀ ਇੰਡੈਕਸ ਡੇਟਾ ਪ੍ਰਾਪਤ ਕਰ ਸਕਦੇ ਹੋ। ਇਸ ਵਿਸ਼ੇਸ਼ਤਾ ਦੀ ਮਦਦ ਦੇ ਨਾਲ ਤੁਸੀਂ ਕਿਸੇ ਖਾਸ ਲੋਕੇਸ਼ਨ 'ਤੇ ਕਿਤੇ ਵੀ ਹਵਾ ਦੀ ਗੁਣਵੱਤਾ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਤੁਸੀਂ ਗੂਗਲ ਮੈਪਸ ਦੇ ਰਾਹੀਂ ਰੀਅਲ ਟਾਈਮ ਏਅਰ ਕੁਆਲਿਟੀ ਇੰਡੈਕਸ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਵਿਸ਼ੇਸ਼ਤਾ 40 ਦੇਸ਼ਾਂ ਦੇ ਵਿੱਚ ਉਪਲਬਧ ਹੈ। ਇਹ ਫੀਚਰ ਖਾਸ ਤੌਰ 'ਤੇ ਸਫ਼ਰ ਕਰਨ ਵਾਲੇ ਲੋਕਾਂ ਦੇ ਲਈ ਫਾਇਦੇਮੰਦ ਦੱਸਿਆ ਜਾ ਰਿਹਾ, ਕਿਉਂਕਿ ਜੇਕਰ ਤੁਸੀਂ ਕਿਸੇ ਨਵੀਂ ਜਗ੍ਹਾ 'ਤੇ ਜਾਣਾ ਹੈ ਤਾਂ ਤੁਸੀਂ ਪਹਿਲਾਂ ਇਸ ਫੀਚਰ ਦੇ ਰਾਹੀਂ ਉੱਥੇ ਦਾ AQI ਚੈੱਕ ਕਰ ਸਕਦੇ ਹੋ। ਤਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਫੀਚਰ ਦੀ ਵਰਤੋਂ ਕਿਵੇਂ ਕਰਨੀ ਹੈ। ਸਭ ਤੋਂ ਪਹਿਲਾਂ ਤਾਂ ਆਪਣੇ ਸਮਾਰਟਫੋਨ 'ਚ ਮੌਜੂਦ ਗੂਗਲ ਮੈਪਸ ਦੀ ਐਪ ਨੂੰ ਅਪਡੇਟ ਕਰੋ। ਇਸ ਤੋਂ ਬਾਅਦ ਸਰਚ ਬਾਰ 'ਚ ਉਸ ਜਗ੍ਹਾ ਦਾ ਨਾਂ ਲਿਖ ਕੇ ਸਰਚ ਕਰੋ ਜਿੱਥੇ ਦੀ ਹਵਾ ਦੀ ਗੁਣਵੱਤਾ ਬਾਰੇ ਤੁਸੀਂ ਜਾਣਨਾ ਚਾਹੁੰਦੇ ਹੋ। ਜੇਕਰ ਤੁਸੀਂ ਦਿੱਲੀ ਟਾਈਪ ਕਰਕੇ ਸਰਚ ਕਰਦੇ ਹੋ ਤਾਂ ਹੁਣ ਤੁਹਾਨੂੰ ਮੈਪ 'ਤੇ ਸਰਚ ਬਾਰ ਦੇ ਕੋਲ ਇੱਕ ਵਰਗਾਕਾਰ ਸਟੈਕ ਆਈਕੋਨ ਦਿਖਾਈ ਦੇਵੇਗਾ ਜਿਸ 'ਤੇ ਤੁਹਾਨੂੰ ਕਲਿੱਕ ਕਰਨਾ ਹੋਵੇਗਾ। ਇਸ ਤੋਂ ਬਾਅਦ ਤੁਹਾਡੇ ਸਾਹਮਣੇ ਕਈ ਆਪਸ਼ਨ ਖੁੱਲ੍ਹਣਗੇ ਜਿਸ 'ਚ ਤੁਹਾਨੂੰ ਏਅਰ ਕੁਆਲਿਟੀ ਦਾ ਆਪਸ਼ਨ ਚੁਣਨਾ ਹੋਵੇਗਾ। ਫਿਰ ਤੁਹਾਡੇ ਏਰੀਏ 'ਤੇ 0 ਤੋਂ 500 ਤੱਕ ਦੇ ਨੰਬਰ ਤੁਹਾਡੇ ਸਾਹਮਣੇ ਆ ਜਾਣਗੇ। ਇਹਨਾਂ ਨੰਬਰਾਂ ਵਿਚਾਲੇ ਇੱਕ ਸਫੇਦ ਬਿੰਦੂ ਹੋਵੇਗਾ ਜੋ ਤੁਹਾਡੇ ਏਰੀਏ ਦੀ ਏਅਰ ਕੁਆਲਿਟੀ ਬਾਰੇ ਦੱਸੇਗਾ। ਤੁਹਾਨੂੰ ਦੱਸ ਦਈਏ ਕਿ 0 ਤੋਂ 50 ਦੇ ਵਿਚਕਾਰ ਦੀ ਸੰਖਿਆ ਚੰਗੀ AQI ਨੂੰ ਦਰਸਾਉਂਦੀ ਹੈ। 51 ਤੋਂ 100 ਤੱਕ ਦੇ ਨੰਬਰ ਬਹੁਤ ਵਧੀਆ ਤੋਂ ਘੱਟ ਦਰਸਾਉਂਦੇ ਨੇ। ਇਸ ਤੋਂ ਬਾਅਦ 101 ਤੋਂ 200 ਨੰਬਰ ਆਮ ਸਥਿਤੀ ਨੂੰ ਦਰਸਾਉਂਦੇ ਨੇ। 201 ਤੋਂ 300 ਨੰਬਰ ਹੋਣ ਦੀ ਸਥਿਤੀ ਬੁਰੀ ਮੰਨੀ ਜਾਂਦੀ ਹੈ, ਜਦੋਂ ਕਿ 301 ਤੋਂ 400 ਨੰਬਰਾਂ ਦੀ ਹਾਲਤ ਬਹੁਤ ਹੀ ਮਾੜੀ ਹੁੰਦੀ ਹੈ। ਜੇਕਰ ਇਹ ਗਿਣਤੀ 401 ਤੋਂ 500 ਤੱਕ ਹੈ ਤਾਂ ਬਹੁਤ ਹੀ ਮਾੜੀ ਸਥਿਤੀ ਦਾ ਸੂਚਕ ਹੁੰਦੀ ਹੈ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਗੂਗਲ ਮੈਪਸ ਦਾ ਇਹ ਜੋ ਫੀਚਰ ਹੈ ਲੋਕਾਂ ਦੇ ਲਈ ਬਹੁਤ ਹੀ ਫਾਇਦੇਮੰਦ ਸਿੱਧ ਹੋਣ ਵਾਲਾ ਹੈ, ਕਿਉਂਕਿ ਤੁਸੀਂ ਘਰ ਬੈਠੇ ਬੈਠੇ ਹੀ ਕਿਸੇ ਵੀ ਜਗ੍ਹਾ ਦਾ AQI ਚੈੱਕ ਕਰ ਸਕਦੇ ਹੋ।